देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सूरत टाइम्स। सरकार की 4 साल की जी नाकामी है उनके ते असी प्रेस कॉन्फ्रेंस डिस्ट्रिक्ट वाइज पार्टी ने प्रोग्राम बनाया। असी ज़्यादा उत्थे प्रेस कॉन्फ्रेंस रखी सी जिला मुक्तसर दे विच मलोट रखी सी, उत्थे गए सी प्रेस कॉन्फ्रेंस करा। साडा सरकार दी जो 4 साल की कारगुजारी उन्दे ते प्रेस कॉन्फ्रेंस सी, साडा होर कोई इशू नहीं सी। ते अगे थले बैठे सीगे काफ़ी लोग, उन्होंने एकदम अटैक करता जी, कोई गल नहीं। ਤੁਹਾਨੂੰ ਅਟੈਕ ਦਾ ਮਤਲਬ ਆਵਾਜ਼ ਕਿਵੇਂ ਹੋਇਆ, ਕੀ ਆਵਾਜ਼ ਆਈ ਕਿਵੇਂ? ਨਹੀਂ ਨਹੀਂ ਆਵਾਜ਼ ਤਾਂ ਕੀ ਆਉਣੀ, ਬਸ ਉੱਥੇ ਗਏ ਅਸੀਂ ਜਦੋਂ ਉੱਥੇ ਵੈਨਿਊ 'ਤੇ ਜਾਣ ਲੱਗੇ ਜਿੱਥੇ ਰੱਖੀ ਸੀ ਉਹ ਇਕੱਠੇ ਹੋ ਗਏ ਬਸ ਆ ਗਿਆ। ਕਿੰਨੇ ਬੰਦੇ ਸੀ ਜੀ ਸ਼ੁਰੂ ਤੋਂ ਜਿਹੜੇ ਐਂਟਰ ਕਰੇ? 350 ਬੰਦੇ ਬਾਹਰ ਬੈਠੇ ਸੀ ਨਾ ਸੜਕ 'ਤੇ। ਅੱਛਾ ਜੀ, 350 ਬੰਦੇ ਹੋਣਗੇ। ਸਿਕਿਉਰਿਟੀ ਦਾ ਕੀ ਪ੍ਰਬੰਧ ਸੀਗਾ ਸਰ? ਸਿਕਿਉਰਿਟੀ ਬਹੁਤ ਕਮਜ਼ੋਰ ਸੀਗੀ, ਨਹੀਂ ਤਾਂ ਪ੍ਰੈਸ ਕਾਨਫਰੰਸਾਂ ਬੀਜੇਪੀ ਦੀਆਂ ਹੁੰਦੀਆਂ, ਸਿਕਿਉਰਿਟੀ ਠੀਕ ਹੁੰਦੀ ਹੈ। 8-7 ਬੰਦੇ ਉੱਥੇ ਪੁਲਿਸ ਦੇ ਹੋਣਗੇ ਵੱਧ ਤੋਂ ਵੱਧ। ਅਤੇ ਜਦੋਂ ਅਸੀਂ ਭੱਜ ਕੇ ਇੱਕ ਦੁਕਾਨ 'ਚ ਵੜ ਗਏ, ਉਸ ਤੋਂ ਬਾਅਦ ਪੁਲਿਸ ਕਹਿੰਦੀ ਤੁਹਾਨੂੰ ਇੱਥੋਂ ਕੱਢੀਏ, ਬੰਦੇ ਜ਼ਿਆਦਾ ਹੋ ਜਾਣਗੇ। ਪਹਿਲਾਂ ਵੀ ਸਾਡੇ 'ਤੇ ਅਟੈਕ ਕੀਤਾ, ਅਸੀਂ ਭੱਜ ਕੇ ਦੁਕਾਨ 'ਚ ਗਏ, ਫਿਰ ਜਦੋਂ ਅਸੀਂ ਬਾਹਰ ਨਿਕਲੇ ਫਿਰ ਤਾਂ ਬਹੁਤ ਜ਼ਿਆਦਾ ਅਟੈਕ। ਪ੍ਰੈਸ ਕਾਨਫਰੰਸ ਦਾ ਟਾਈਮ ਕਿੰਨੇ ਵਜੇ ਸੀ ਜੀ? 3 ਵਜੇ। 3 ਵਜੇ ਤੁਹਾਨੂੰ ਪਹਿਲਾਂ ਕੋਈ ਆਭਾਸ ਨਹੀਂ ਸੀ ਕਿ ਇਸ ਤਰ੍ਹਾਂ ਦੀ ਗੱਲ ਹੋਣ ਦੀ ਸੰਭਾਵਨਾ? ਪਤਾ ਕੀ ਹੈ, ਵਿਰੋਧ ਦਾ ਸਾਨੂੰ ਆਭਾਸ ਹੁੰਦਾ ਵੀ ਵਿਰੋਧ ਹੋ ਸਕਦਾ। ਅਤੇ ਵਿਰੋਧ ਕਰਨਾ ਦੇਖੋ ਕਿਸਾਨਾਂ ਦਾ ਰਾਈਟ ਹੈ, ਅਗਲੇ ਆਦਾ ਕਰੀ ਜਾਂਦੇ, ਅੰਦੋਲਨ ਕਰੀ ਜਾਂਦੇ, ਲੇਕਿਨ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਮਾਰ ਕੁਟਾਈ ਕੋਈ ਹੱਲ ਨਹੀਂ। ਜੇ ਤੁਸੀਂ ਇੱਕ MLA ਨੂੰ ਆਈ ਮਾਰ ਕੁਟਾਈ ਕਰੋਗੇ, ਮਸਲਾ ਤਾਂ ਹੱਲ ਹੋਣਾ ਦਿੱਲੀ 'ਚ ਕਿਸਾਨ ਯੂਨੀਅਨਾਂ ਦੇ ਪ੍ਰਧਾਨਾਂ ਨਾਲ ਅਤੇ ਸਰਕਾਰ ਕੇਂਦਰ ਦੀ ਸਰਕਾਰ। ਹੁਣ ਮੇਰੇ ਨਾਲ ਮਸਲਾ ਹੱਲ ਹੁੰਦਾ ਤਾਂ ਮੇਰੇ ਨਾਲ ਬਹਿ ਕੇ ਗੱਲ ਕਰ ਲਓ, ਮਸਲਾ ਤਾਂ ਉੱਥੇ ਹੱਲ ਹੋਣਾ। ਸਾਡੇ ਕੁੱਟੇ ਨਾਲ ਕੋਈ ਇਹਨਾਂ ਦਾ ਹੱਲ ਹੁੰਦਾ ਤਾਂ ਦੇਖ ਲੈਣਗੇ, ਲੇਕਿਨ ਟੋਟਲੀ ਇਹ ਸਰਕਾਰ ਦੀ ਫੇਲਿਓਰ ਹੈ, ਕੈਪਟਨ ਸਰਕਾਰ ਦੀ ਫੇਲਿਓਰ ਹੈ। ਜਿਹੜੇ ਆਪਦੇ MLA ਨੂੰ ਵੀ ਸਿਕਿਉਰਿਟੀ ਨਹੀਂ ਦੇ ਸਕਦੇ, ਲਾਅ ਐਂਡ ਆਰਡਰ ਦੀ ਸਥਿਤੀ ਐਡੀ ਮਾੜੀ ਹੈ ਵੀ MLA ਨੂੰ ਸਿਕਿਉਰਿਟੀ ਨਹੀਂ ਦੇ ਸਕਦੇ, ਅਤੇ ਇੱਕ ਆਮ ਬੰਦੇ ਦਾ ਕੀ ਹਾਲ ਹੈ। ਹੁਣ ਤੁਸੀਂ ਕੀ ਡਿਮਾਂਡ ਕਰਨ ਆਏ ਹੋ ਹੋਸਪਿਟਲ 'ਚ? ਮਤਲਬ ਕੀ ਐਫਆਈਆਰ? ਹੋਸਪਿਟਲ 'ਚ ਤਾਂ ਮੈਂ ਆਪਦਾ ਟ੍ਰੀਟਮੈਂਟ ਲੈਣ ਆਇਆ ਜੀ, ਹੋਸਪਿਟਲ 'ਚ ਡਿਮਾਂਡ ਕੀ ਹੈ? FIR ਉਹ ਜੋ ਸਾਡੀ ਪਾਰਟੀ ਜੋ ਆਦੇਸ਼ ਕਰੇ। ਕੁੱਲ ਮਿਲਾ ਕੇ ਤੁਸੀਂ ਕੀ ਦੇਖਦੇ ਹੋ ਜਿਹੜਾ ਸਾਰਾ ਟੋਟਲ ਇੰਸੀਡੈਂਟ, ਮਤਲਬ ਤੁਸੀਂ ਕੀ ਦੇਖਦੇ ਹੋ? ਕੁੱਲ ਮਿਲਾ ਕੇ ਡੈਮੋਕ੍ਰੇਸੀ ਪੰਜਾਬ 'ਚ ਰਹੀ ਨਹੀਂ। ਇੱਥੇ ਜਨਤਾ ਦਾ ਰਾਜ, ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ 'ਤੇ ਅਟੈਕ ਹੁੰਦਾ, ਅੱਜ ਮੇਰੇ 'ਤੇ ਹੋਇਆ ਕੱਲ੍ਹ ਕਿਸੇ ਹੋਰ 'ਤੇ ਹੋਊਗਾ, ਅਤੇ ਇਹ ਤਾਂ ਸਾਰਾ ਸਰਕਾਰ ਦਾ ਫੇਲਿਓਰ ਹੈ, ਪੁਲਿਸ ਦਾ, ਪ੍ਰਸ਼ਾਸਨ ਦਾ ਫੇਲਿਓਰ। ਉੱਥੇ ਪ੍ਰੈਸ ਕਾਨਫਰੰਸ ਕਿੰਨੇ ਜਣੇ ਸੀਗੇ ਤੁਸੀਂ? ਉੱਥੇ ਪ੍ਰੈਸ ਕਾਨਫਰੰਸ ਪਹੁੰਚੇ ਹੀ ਨਹੀਂ, ਬਾਹਰ ਹੀ ਉੱਥੇ ਅਟੈਕ ਹੋ ਗਿਆ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to savdan, specialist Vashikaran, sitta number, love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed, mobile 84374 94 644 84374 94 648। ਪੰਡਿਤ ਰਾਧੇ ਸ਼ਰਮਾ ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ, 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ, ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ, ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ, ਮੋੜੀ ਵਸ਼ੀਕਰਨ ਕਰਵਾਓ, ਮਨਚਾਹ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ ਕਾਰੋਬਾਰ ਚ ਰੁਕਾਵਟ, ਵਿਦੇਸ਼ ਯਾਤਰਾ, ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ ਸੱਚਾਈ ਜਾਣੋ, ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ, ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ, ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ, ਮੋਬਾਈਲ 98 788 0 4588 88 617।